ਧੁੰਦ ਦਾ ਫਾਇਦਾ ਚੁੱਕਦੇ ਹੋਏ ਏਟੀਐਮ ਦੇ ਅੰਦਰ ਚੋਰ ਵੜ ਜਾਂਦੇ ਨੇ। ਰਾਤ ਕਰੀਬ ਇਹਨਾਂ ਦੇ ਵੱਲੋਂ ਪਹਿਲਾਂ ਏਟੀਐਮ ਦਾ ਸ਼ਟਰ ਤੋੜਿਆ ਗਿਆ, ਫਿਰ ਏਟੀਐਮ ਦੇ ਅੰਦਰ ਲੱਗੇ ਸਾਰੇ ਕੈਮਰੇ ਭੰਨ ਦਿੱਤੇ ਗਏ। ਫਿਰ ਜੋ ਇਹਨਾਂ ਨੇ ਕੀਤਾ ਉਹ ਤੁਸੀਂ ਆਪ ਹੀ ਦੇਖ ਲਵੋ। ਦਰਅਸਲ ਕੁਝ ਚੋਰ ਏਟੀਐਮ ਨੂੰ ਨਿਸ਼ਾਨਾ ਬਣਾਉਂਦੇ ਨੇ, ਅੱਧੀ ਰਾਤ ਸ਼ਟਰ ਤੋੜ ਕੇ ਇਸ ਏਟੀਐਮ ਦੇ ਵਿੱਚ ਦਾਖਲ ਹੁੰਦੇ ਨੇ। ਪਹਿਲਾਂ ਤਾਂ ਸਭ ਤੋਂ ਉਹ ਸੀਸੀਟੀਵੀ ਕੈਮਰਿਆਂ ਨੂੰ ਤੋੜਦੇ ਨੇ। ਦੱਸ ਦਈਏ ਕਿ ਨਕਦੀ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਵੱਲੋਂ, ਪਰ ਉਹ ਨਾਕਾਮਯਾਬ ਰਹੇ। ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚਦੇ ਨੇ ਅਤੇ ਜਾਂਚ ਪੜਤਾਲ ਕਰ ਰਹੇ ਨੇ। ਤਾਂ ਦੱਸ ਦਈਏ ਕਿ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਆਏ ਦਿਨ ਲਗਾਤਾਰ ਲੁੱਟ ਖੋਹ ਅਤੇ ਚੋਰੀ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਨੇ। ਇਸੇ ਦੌਰਾਨ ਬੇਖੌਫ ਚੋਰ ਧੁੰਦ ਅਤੇ ਠੰਡ ਦਾ ਫਾਇਦਾ ਚੁੱਕਦੇ ਹੋਏ ਅੱਧੀ ਰਾਤ ਨੂੰ ਦੁਕਾਨਾਂ ਤੋਂ ਬਾਅਦ ਹੁਣ ਬੈਂਕ ਨੂੰ ਆਪਣਾ ਨਿਸ਼ਾਨਾ ਬਣਾਉਣ ਲੱਗ ਪਏ ਨੇ। ਅਜਿਹੀ ਇੱਕ ਵਾਰਦਾਤ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਵਡਾਲਾ ਕਲਾਂ ਤੋਂ ਦੇਖਣ ਨੂੰ ਮਿਲੀ ਹੈ, ਜਿੱਥੇ ਬੀਤੀ ਰਾਤ ਅਣਪਛਾਤੇ ਚੋਰਾਂ ਦੇ ਵੱਲੋਂ ਇੱਕ ਸਰਕਾਰੀ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਏਟੀਐਮ ਦੀ ਭੰਨਤੋੜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪਿੰਡ ਵਡਾਲਾ ਕਲਾਂ ਦੇ ਵਿੱਚ ਸੰਪਰਕ ਸੜਕ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐਮ ਦਾ ਇਹ ਸ਼ਟਰ ਅਣਪਛਾਤੇ ਚੋਰਾਂ ਦੇ ਵੱਲੋਂ ਤੋੜਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਏਟੀਐਮ ਦੇ ਅੰਦਰ ਵੜ ਕੇ ਏਟੀਐਮ ਦੀ ਮਸ਼ੀਨ ਦੀ ਸਕਰੀਨ ਅਤੇ ਅਗਲੇ ਹਿੱਸੇ ਤੱਕ ਤੋੜ ਫੋੜ ਕੀਤੀ। ਇਹ ਸਾਰੀ ਘਟਨਾਕ੍ਰਮ ਦੌਰਾਨ ਚੋਰਾਂ ਦੇ ਵੱਲੋਂ ਏਟੀਐਮ 'ਚ ਲੱਗੇ ਸੀਸੀਟੀਵੀ ਕੈਮਰੇ ਵੀ ਮੋੜ ਦਿੱਤੇ ਗਏ, ਤੋੜ ਦਿੱਤੇ ਗਏ ਅਤੇ ਉਹਨਾਂ ਨੇ ਨਕਦੀ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਆਓ ਮੌਕੇ ਦੇ SHO ਤੋਂ ਜਾਣਦੇ ਹਾਂ ਕਿ ਆਖਿਰਕਾਰ ਕਿੰਨਾ ਕੁ ਨੁਕਸਾਨ ਪਹੁੰਚਿਆ। ਬੀਤੀ ਰਾਤ ਪਿੰਡ ਵਡਾਲਾ ਕਲਾਂ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਾ ਜਿਹੜਾ ਏਟੀਐਮ ਆ, ਕੁਛ ਅਣਪਛਾਤਿਆਂ ਨੇ ਉਹਨੂੰ ਮਤਲਬ ਤੋੜਨ ਦੀ ਕੋਸ਼ਿਸ਼ ਕੀਤੀ ਆ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਕੁਛ ਉਹਨਾਂ ਨੇ ਆ ਕੇ ਉਹਨਾਂ ਦੇ ਕੈਮਰੇ ਦੇ ਨਾਲ ਛੇੜਛਾੜ ਕਰਕੇ ਉਹਦਾ ਮਤਲਬ ਸ਼ਟਰ ਤੋੜਿਆ, ਪਰ ਉਹ ਕਾਮਯਾਬ ਨਹੀਂ ਹੋਏ। ਅਤੇ ਪੁਲਿਸ ਟੀਮ ਜਿਹੜੀ ਆ ਉਹ ਜਾਂਚ ਕਰ ਰਹੀ ਹੈ, CCTV ਖੰਗਾਲੇ ਜਾ ਰਹੇ, ਜਲਦੀ ਟਰੇਸ ਕੀਤਾ ਜਾਏਗਾ। ਇਹ ਟੀਮਾਂ ਵੱਖ ਵੱਖ ਟੀਮਾਂ ਬਣਾ ਕੇ ਅਸੀਂ ਤੋਰੀਆਂ ਹੋਈਆਂ ਨੇ, ਜੋ ਵੀ ਸਟਾ ਆਊਗਾ ਉਸ ਤੋਂ ਤੁਹਾਨੂੰ ਜਾਣੂ ਹੋਵੇਗਾ ਜੀ। ਧੁੰਦ ਦਾ ਫਾਇਦਾ ਚੁੱਕਦੇ ਹੋਏ ਏਟੀਐਮ ਦੇ ਅੰਦਰ ਚੋਰ ਵੜ ਜਾਂਦੇ ਨੇ। ਰਾਤ ਕਰੀਬ ਇਹਨਾਂ ਦੇ ਵੱਲੋਂ ਪਹਿਲਾਂ ਏਟੀਐਮ ਦਾ ਸ਼ਟਰ ਤੋੜਿਆ ਗਿਆ, ਫਿਰ ਏਟੀਐਮ ਦੇ ਅੰਦਰ ਲੱਗੇ ਸਾਰੇ ਕੈਮਰੇ ਭੰਨ ਦਿੱਤੇ ਗਏ। ਫਿਰ ਜੋ ਇਹਨਾਂ ਨੇ ਕੀਤਾ ਉਹ ਤੁਸੀਂ ਆਪ ਹੀ ਦੇਖ ਲਵੋ। ਦਰਅਸਲ ਕੁਝ ਚੋਰ ਏਟੀਐਮ ਨੂੰ ਨਿਸ਼ਾਨਾ ਬਣਾਉਂਦੇ ਨੇ, ਅੱਧੀ ਰਾਤ ਸ਼ਟਰ ਤੋੜ ਕੇ ਇਸ ਏਟੀਐਮ ਦੇ ਵਿੱਚ ਦਾਖਲ ਹੁੰਦੇ ਨੇ। ਪਹਿਲਾਂ ਤਾਂ ਸਭ ਤੋਂ ਉਹ CCTV ਕੈਮਰਿਆਂ ਨੂੰ ਤੋੜਦੇ ਨੇ। ਦੱਸ ਦਈਏ ਕਿ ਨਕਦੀ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਵੱਲੋਂ, ਪਰ ਉਹ ਨਾਕਾਮਯਾਬ ਰਹੇ। ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚਦੇ ਨੇ ਅਤੇ ਜਾਂਚ ਪੜਤਾਲ ਕਰ ਰਹੇ ਨੇ। ਤਾਂ ਦੱਸ ਦਈਏ ਕਿ ਤਸਵੀਰਾਂ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਆਏ ਦਿਨ ਲਗਾਤਾਰ ਲੁੱਟ ਖੋਹ ਅਤੇ ਚੋਰੀ ਦੇ ਮਾਮਲੇ ਵੱਧਦੇ ਨਜ਼ਰ ਆ ਰਹੇ ਨੇ। ਇਸੇ ਦੌਰਾਨ ਬੇਖੌਫ ਚੋਰ ਧੁੰਦ ਅਤੇ ਠੰਡ ਦਾ ਫਾਇਦਾ ਚੁੱਕਦੇ ਹੋਏ ਅੱਧੀ ਰਾਤ ਨੂੰ ਦੁਕਾਨਾਂ ਤੋਂ ਬਾਅਦ ਹੁਣ ਬੈਂਕ ਨੂੰ ਆਪਣਾ ਨਿਸ਼ਾਨਾ ਬਣਾਉਣ ਲੱਗ ਪਏ ਨੇ। ਅਜਿਹੀ ਇੱਕ ਵਾਰਦਾਤ ਨੂੰ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਵਡਾਲਾ ਕਲਾਂ ਤੋਂ ਦੇਖਣ ਨੂੰ ਮਿਲੀ ਹੈ, ਜਿੱਥੇ ਬੀਤੀ ਰਾਤ ਅਣਪਛਾਤੇ ਚੋਰਾਂ ਦੇ ਵੱਲੋਂ ਇੱਕ ਸਰਕਾਰੀ ਬੈਂਕ ਦੇ ਏਟੀਐਮ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਏਟੀਐਮ ਦੀ ਭੰਨਤੋੜ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਦੱਸ ਦਈਏ ਕਿ ਪਿੰਡ ਵਡਾਲਾ ਕਲਾਂ ਦੇ ਵਿੱਚ ਸੰਪਰਕ ਸੜਕ 'ਤੇ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐਮ ਦਾ ਇਹ ਸ਼ਟਰ ਅਣਪਛਾਤੇ ਚੋਰਾਂ ਦੇ ਵੱਲੋਂ ਤੋੜਿਆ ਗਿਆ, ਜਿਸ ਤੋਂ ਬਾਅਦ ਉਹਨਾਂ ਨੇ ਏਟੀਐਮ ਦੇ ਅੰਦਰ ਵੜ ਕੇ ਏਟੀਐਮ ਦੀ ਮਸ਼ੀਨ ਦੀ ਸਕਰੀਨ ਅਤੇ ਅਗਲੇ ਹਿੱਸੇ ਤੱਕ ਤੋੜ ਫੋੜ ਕੀਤੀ। ਇਹ ਸਾਰੀ ਘਟਨਾਕ੍ਰਮ ਦੌਰਾਨ ਚੋਰਾਂ ਦੇ ਵੱਲੋਂ ਏਟੀਐਮ 'ਚ ਲੱਗੇ CCTV ਕੈਮਰੇ ਵੀ ਮੋੜ ਦਿੱਤੇ ਗਏ, ਤੋੜ ਦਿੱਤੇ ਗਏ ਅਤੇ ਉਹਨਾਂ ਨੇ ਨਕਦੀ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਆਓ ਮੌਕੇ ਦੇ SHO ਤੋਂ ਜਾਣਦੇ ਹਾਂ ਕਿ ਆਖਿਰਕਾਰ ਕਿੰਨਾ ਕੁ ਨੁਕਸਾਨ ਪਹੁੰਚਿਆ। ਬੀਤੀ ਰਾਤ ਪਿੰਡ ਵਡਾਲਾ ਕਲਾਂ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਾ ਜਿਹੜਾ ਏਟੀਐਮ ਆ,
ਕੁਛ ਅਣਪਛਾਤਿਆਂ ਨੇ ਉਹਨੂੰ ਮਤਲਬ ਤੋੜਨ ਦੀ ਕੋਸ਼ਿਸ਼ ਕੀਤੀ ਆ, ਪਰ ਉਹ ਕਾਮਯਾਬ ਨਹੀਂ ਹੋ ਸਕੇ। ਕੁਛ ਉਹਨਾਂ ਨੇ ਆ ਕੇ ਉਹਨਾਂ ਦੇ ਕੈਮਰੇ ਦੇ ਨਾਲ ਛੇੜਛਾੜ ਕਰਕੇ ਉਹਦਾ ਮਤਲਬ ਸ਼ਟਰ ਤੋੜਿਆ, ਪਰ ਉਹ ਕਾਮਯਾਬ ਨਹੀਂ ਹੋਏ। ਅਤੇ ਪੁਲਿਸ ਟੀਮ ਜਿਹੜੀ ਆ ਉਹ ਜਾਂਚ ਕਰ ਰਹੀ ਆ, CCTV ਖੰਗਾਲੇ ਜਾ ਰਹੇ, ਜਲਦੀ ਟਰੇਸ ਕੀਤਾ ਜਾਏਗਾ। ਇਹ ਟੀਮਾਂ ਵੱਖ ਵੱਖ ਟੀਮਾਂ ਬਣਾ ਕੇ ਅਸੀਂ ਤੋਰੀਆਂ ਹੋਈਆਂ ਨੇ, ਜੋ ਵੀ ਸਟਾਫ ਉਹ ਤੋਂ ਤੁਹਾਨੂੰ ਜਾਣੂ।